ਪੰਜਾਬ ਵਿੱਚ ਕਈ ਪਿੰਡ ਅਜੇ ਹਨ ਜਿੱਥੇ ਅਨੇਕਾਂ ਲੋੜਵੰਦ ਅਤੇ ਅਸਮਰਥ ਪਰਿਵਾਰਾਂ ਕੋਲ ਸੌਣ ਲਈ ਛੱਤ ਤੱਕ ਨਹੀਂ ਹੈ ਜਿਸ ਕਾਰਨ ਕਦੇ ਸੜਕਾਂ ਕਿਨਾਰੇ ਅਤੇ ਕਦੇ ਖੁੱਲ੍ਹੇ ਆਸਮਾਨ ਹੇਠ ਅਜਿਹੇ ਪਰਿਵਾਰ ਗੁਜ਼ਾਰਾ ਕਰਦੇ ਨਜ਼ਰ ਆਉਂਦੇ ਹਨ ਅਜਿਹਾ ਹੀ ਇੱਕ ਲੋੜਵੰਦ ਪਰਿਵਾਰ ਹਲਕਾ ਮਜੀਠਾ ਦੇ ਪਿੰਡ ਨੰਗਲ ਪੰਨੂਆਂ ਦਾ ਵਸਨੀਕ ਹੈ ਜਿਨ੍ਹਾਂ ਕੋਲ ਰਹਿਣ ਨੂੰ ਛੱਤ ਨਾ ਹੋਣ ਕਾਰਨ ਉਹ ਦਿਨ ਭਰ ਗਰਮੀ ਅਤੇ ਤਿੱਖੀ ਧੁੱਪ ਵਿੱਚ ਖੁੱਲ੍ਹੇ ਆਸਮਾਨ ਹੇਠ ਸੌਣ ਨੂੰ ਮਜਬੂਰ ਹਨ ਇੱਥੇ ਹੀ ਬਸ ਨਹੀਂ ਟੁੱਟੇ ਮੰਜੇ ਦੇ ਪਾਵੇ ਹੇਠਾਂ ਲੱਕੜ ਅਤੇ ਇਸ ਖਸਤਾ ਹਾਲਤ ਕਮਰੇ ਵਿੱਚ ਦਰਜਾਂ ਨੂੰ ਭਰਨ ਦੇ ਲਈ ਲਿਫਾਫੇ ਲੱਗੇ ਨਜ਼ਰ ਆ ਰਹੇ ਹਨ ਜੀ ਹਾਂ ਪਰਿਵਾਰ ਦੀ ਹਾਲਤ ਦੀ ਜੇਕਰ ਗੱਲ ਕਰੀਏ ਤਾਂ ਚੁੱਲ੍ਹਾ ਟੁੱਟੇ ਹੋਣ ਦੇ ਬਾਵਜੂਦ ਇਸ ਪਰਿਵਾਰ ਦਾ ਮੁਖੀ ਸਵੇਰੇ 7 ਵਜੇ ਰਿਕਸ਼ਾ ਚਲਾਉਣ ਲਈ ਨਿਕਲਦਾ ਹੈ ਅਤੇ ਦੇਰ ਰਾਤ ਰੋਟੀ ਟੁੱਕ ਦਾ ਜੁਗਾੜ ਕਰਕੇ ਵਾਪਸ ਘਰ ਪਰਤਦਾ ਹੈ ਦੂਜੇ ਪਾਸੇ ਇਹਨਾਂ ਦੋਵਾਂ ਬੱਚਿਆਂ ਦੀ ਮਾਂ ਵੀ ਮਰੀਜ਼ ਹੋਣ ਕਾਰਨ ਮੰਜੇ 'ਤੇ ਰਹਿੰਦੀ ਹੈ